ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈਸ ਟਵਿੱਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਰ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਲਾਸ 9th ਦਾ ਚੈਪਟਰ 13 ਸਰਫੇਸ ਏਰੀਆ ਐਂਡ ਵੋਲੀਅਮ ਐਕਸਰਸਾਈਜ਼ 13.1 ਦਾ ਕੁਐਸਚਨ ਨੰਬਰ 1, ਜਿਸ ਵਿੱਚ ਇਹ ਕਹਿ ਰਿਹਾ ਇੱਕ ਪਲਾਸਟਿਕ ਬਾਕਸ ਹੈ 1.5 ਮੀਟਰ ਲੌਂਗ ਹੈ, ਮਤਲਬ ਕਿ ਲੰਬਾ ਹੈ, 1.25 ਮੀਟਰ ਵਾਈਡ ਹੈ, ਮਤਲਬ ਕਿ ਚੌੜਾ ਹੈ, ਐਂਡ 65 ਸੈਂਟੀਮੀਟਰ ਡੀਪ ਹੈ, ਮਤਲਬ ਕਿ ਇਹ ਡੂੰਘਾ ਹੈ। ਇਸ ਟੂ ਬੀ ਮੇਡ, ਇਸ ਨੂੰ ਅਸੀਂ ਬਣਾਉਣਾ ਹੈ। ਇਟ ਇਜ਼ ਓਪਨਡ ਐਟ ਦਾ ਟੋਪ, ਉੱਪਰੋਂ ਇਹ ਖੁੱਲ੍ਹਾ ਹੋਏਗਾ। ਇਗਨੋਰਿੰਗ ਦਾ ਥਿਕਨੈਸ, ਜੇ ਇਸਦੀ ਥਿਕਨੈਸ ਨੂੰ ਇਗਨੋਰ ਕਰ ਦਈਏ ਤਾਂ ਡਿਟਰਮਾਈਨ ਕਰਨਾ ਹੈ ਏਰੀਆ ਆਫ ਦਾ ਸ਼ੀਟ ਰਿਕੁਆਇਰਡ ਫੋਰ ਮੇਕਿੰਗ ਦਾ ਬਾਕਸ। ਇਸ ਬਾਕਸ ਨੂੰ ਬਣਾਉਣ ਦੇ ਲਈ ਕਿੰਨੀ ਸ਼ੀਟ ਸਾਨੂੰ ਚਾਹੀਦੀ ਹੈ। ਸਭ ਤੋਂ ਪਹਿਲਾਂ ਅਸੀਂ ਇਸਦੀ ਡਿਮੈਂਸ਼ਨਸ ਲਿਖ ਲੈਣੀ ਹੈ। ਐਲ ਇਜ ਇਕਲ ਟੂ 1.5 ਮੀਟਰ, ਬੀ ਇਜ ਇਕਲ ਟੂ 1.25 ਮੀਟਰ, ਐਚ ਇਜ ਇਕਲ ਟੂ 65 ਸੈਂਟੀਮੀਟਰ। ਫਿਰ ਅਸੀਂ ਫਾਰਮੂਲਾ ਯੂਜ ਕਰਾਂਗੇ, ਟੋਟਲ ਸਰਫੇਸ ਏਰੀਆ ਆਫ ਕਿਊਬਾਇਡ ਟੂ ਐਲ ਬੀ ਪਲੱਸ ਬੀ ਐਚ ਪਲੱਸ ਐਚ ਐਲ। ਇਹ ਟੋਟਲ ਸਰਫੇਸ ਏਰੀਆ ਕਿਊਬਾਇਡ ਦਾ ਫਾਰਮੂਲਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਕਿ ਇਸ ਦੇ ਵਿੱਚ ਸਾਰਾ ਕੁਝ ਹੀ ਹੁੰਦਾ ਹੈ, ਟੋਪ ਐਂਡ ਬੋਟਮ, ਪਰ ਇਸ ਕੁਐਸਚਨ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਉੱਪਰੋਂ ਸਾਡੇ ਕੋਲ ਖੁੱਲ੍ਹਾ ਹੈ। ਹੁਣ ਉੱਪਰ ਵਾਲੀ ਸ਼ੇਪ ਕਿਸ ਸ਼ੇਪ ਦੀ ਬਣੀ ਹੋਈ ਆ? ਰੈਕਟੈਂਗਲ ਦੀ ਇਹ ਹੈਗੀ, ਅਸੀਂ ਰੈਕਟੈਂਗਲ ਸ਼ੇਪ ਹੈ। ਤੋ ਰੈਕਟੈਂਗਲ ਦਾ ਏਰੀਆ ਕੀ ਹੁੰਦਾ? ਰੈਕਟੈਂਗਲ ਦਾ ਏਰੀਆ ਐਲ ਮਲਟੀਪਲਾਈ ਬੀ। ਸੋ ਇਸ ਨੂੰ ਅਸੀਂ ਮਾਈਨਸ ਕਰ ਦਾਂਗੇ ਇਸ ਟੋਟਲ ਦੇ ਵਿੱਚ। ਐਲ ਮਲਟੀਪਲਾਈ ਬੀ ਨੂੰ ਅਸੀਂ ਮਾਈਨਸ ਕਰ ਦਾਂਗੇ। ਬਸ ਸਿੰਪਲ ਹੈ, ਜਦੋਂ ਤੁਹਾਨੂੰ ਫਾਰਮੂਲੇ ਦਾ ਪਤਾ ਹੋਏਗਾ ਫਿਰ ਇਹ ਬਿਲਕੁਲ ਹੀ ਕੁਐਸਚਨ ਸਿੰਪਲ ਹੋ ਜਾਂਦਾ ਹੈ। ਬਸ ਤੁਸੀਂ ਹੁਣ ਵੈਲਿਊ ਪੁੱਟ ਕਰਨੀ ਹੈ ਐਂਡ ਕੁਐਸਚਨ ਸੋਲਵ ਕਰ ਦੇਣਾ। ਸੋ ਨੈਕਸਟ ਅਸੀਂ ਇਸ ਤੋਂ ਬਾਅਦ ਕੀ ਕਰਾਂਗੇ? ਇਸ ਟੂ ਨੂੰ ਜਿਸ ਤਰ੍ਹਾਂ ਇਸ ਦੇ ਵਿੱਚ ਅਸੀਂ ਕੁਐਸਚਨ ਕਰਦੇ ਹਾਂ 9 ਦੇ ਵਿੱਚ, ਟੂ ਨੂੰ ਐਕਸ ਨਾਲ ਮਲਟੀਪਲਾਈ ਕਰਦੇ ਹਾਂ, 2x ਆ ਜਾਂਦਾ ਹੈ। ਫਿਰ ਇਸ ਟੂ ਨੂੰ ਹੀ 2 ਨਾਲ ਮਲਟੀਪਲਾਈ ਕਰਦੇ ਹਾਂ, 2 ਨੂੰ ਐਕਸ ਨਾਲ ਮਲਟੀਪਲਾਈ ਕਰਦੇ ਹਾਂ ਤਾਂ 2x ਆ ਜਾਂਦਾ ਹੈ, 2 ਨੂੰ 2 ਨਾਲ ਮਲਟੀਪਲਾਈ ਕਰਦੇ ਹਾਂ ਤਾਂ 4 ਆ ਜਾਂਦਾ ਹੈ। ਸੋ ਇਸੇ ਤਰੀਕੇ ਨਾਲ ਅਸੀਂ ਇੱਥੇ 2 ਨੂੰ ਐਲ ਬੀ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਬਣ ਜਾਏਗਾ? 2 ਐਲ ਬੀ ਪਲੱਸ 2 ਨੂੰ ਬੀ ਐਚ ਨਾਲ ਮਲਟੀਪਲਾਈ ਕਰਾਂਗੇ ਤਾਂ 2 ਬੀ ਐਚ, ਐਂਡ ਇਸੇ 2 ਨੂੰ ਐਚ ਐਲ ਨਾਲ ਮਲਟੀਪਲਾਈ ਕਰਾਂਗੇ 2 ਐਚ ਐਲ, ਤੇ ਇਹ ਬਾਹਰ ਵਾਲਾ ਬਾਹਰ ਹੀ ਰਹੇਗਾ। ਇਸ ਨੂੰ ਅਸੀਂ ਕਹਿੰਦੇ ਹਾਂ ਅਸੀਂ ਬ੍ਰੈਕਟ ਓਪਨ ਕਰ ਦਿੱਤੀ। ਸੋ ਇਹਦੇ ਵਿੱਚ ਤੁਸੀਂ ਦੇਖੋ ਜਿਸ ਤਰ੍ਹਾਂ ਅਸੀਂ ਐਕਸ ਵਾਲੇ ਕੁਐਸਚਨ ਕਰਦੇ ਸੀ ਕਿ ਜਦੋਂ ਸੇਮ ਹੋ ਜਾਂਦੇ ਨੇ, ਜਿਸ ਤਰ੍ਹਾਂ 2 ਐਕਸ ਪਲੱਸ 2 ਵਾਈ ਮਾਈਨਸ ਐਕਸ, ਹੁਣ ਦੇਖੋ ਇਹ 2 ਐਕਸ ਹੈ, ਇਹ 1 ਐਕਸ ਹੈ। ਹੁਣ ਸੇਮ ਸੇਮ ਹੀ ਪਲੱਸ ਜਾਂ ਮਾਈਨਸ ਵਿੱਚ ਅਸੀਂ ਕਰ ਸਕਦੇ ਹਾਂ। 2 ਐਕਸ ਦੇ ਵਿੱਚੋਂ 1 ਐਕਸ ਮਾਈਨਸ ਕੀਤਾ ਤਾਂ ਸਾਡੇ ਕੋਲ ਕੀ ਬਚਦਾ ਹੈ? 1 ਐਕਸ। ਇਸੇ ਤਰੀਕੇ ਨਾਲ ਅਸੀਂ ਇੱਥੇ ਦੇਖਾਂਗੇ 2 ਐਲ ਬੀ ਦੇ ਵਿੱਚੋਂ ਮਾਈਨਸ 1 ਐਲ ਬੀ ਕੀਤਾ ਤਾਂ ਸਾਡੇ ਕੋਲ ਕੀ ਬਚਿਆ? 1 ਐਲ ਬੀ ਪਲੱਸ 2 ਬੀ ਐਚ, ਸੇਮ ਅਸੀਂ ਉਸ ਤਰੀਕੇ ਨਾਲ ਹੀ ਲਿਖ ਦੇਣਾ ਹੈ, ਬਹੁਤ ਹੀ ਸਿੰਪਲ ਹੈ। ਇਸ ਤੋਂ ਬਾਅਦ ਸਿੰਪਲ ਅਸੀਂ ਵੈਲਿਊ ਪੁੱਟ ਕਰ ਦੇਣੀ ਹੈ। ਬਸ ਐਲ ਦੀ ਵੈਲਿਊ 1.5 ਮੀਟਰ, ਬੀ ਦੀ ਵੈਲਿਊ 1.25 ਪਲੱਸ 2 ਫਾਰਮੂਲੇ ਵਾਲਾ, ਬੀ ਦੀ ਵੈਲਿਊ 1.25, ਐਚ ਦੀ ਵੈਲਿਊ। ਹੁਣ ਐਚ ਅਸੀਂ ਇੱਥੇ ਧਿਆਨ ਰੱਖਣਾ ਹੈ ਇਹ ਸਾਡੇ ਕੋਲ ਸੈਂਟੀਮੀਟਰ ਦੇ ਵਿੱਚ ਦਿੱਤਾ ਹੈ, ਬਾਕੀ ਜਿਹੜੀ ਵੈਲਿਊ ਨੇ ਉਹ ਮੀਟਰ ਦੇ ਵਿੱਚ ਹੈ। ਸੋ ਇਸ ਕਰਕੇ ਅਸੀਂ ਇਹਨੂੰ ਮੀਟਰ ਦੇ ਵਿੱਚ ਕਨਵਰਟ ਕਰ ਲੈਣਾ ਹੈ। 65/100 ਮਤਲਬ ਕੀ ਹੈ? ਕਿਹੜਾ ਫਾਰਮੂਲਾ ਲਗਾਇਆ? 1 ਸੈਂਟੀਮੀਟਰ ਇਜ਼ ਇਕਵਲ ਟੂ 1/100 ਮੀਟਰ। ਸੋ 65 ਸੈਂਟੀਮੀਟਰ ਨੂੰ ਅਸੀਂ ਕਨਵਰਟ ਕਰਨਾ ਹੈ ਮੀਟਰ ਦੇ ਵਿੱਚ, 100 ਕਰਕੇ ਦੋ ਡਿਜਿਟ ਛੱਡ ਕੇ ਅਸੀਂ ਪੁਆਇੰਟ ਲਗਾ ਦੇਣਾ ਹੈ। ਸੋ ਇੱਥੇ ਆਂਸਰ ਬਣ ਗਿਆ ਸਾਡੇ ਕੋਲ 0.65 ਮੀਟਰ, ਔਰ ਇਹੀ ਇੱਥੇ ਇੱਥੇ ਪੁੱਟ ਕਰਨੀ ਹੈ। 2 ਐਚ ਦੀ ਵੈਲਿਊ 0.65, ਐਲ ਦੀ ਵੈਲਿਊ 1.5। ਹੁਣ ਕਈ ਵਾਰ ਸਟੂਡੈਂਟ ਇੱਥੇ ਮਲਟੀਪਲਾਈ ਕਰਨ ਦੇ ਵਿੱਚ ਕਨਫਿਊਜ਼ ਹੁੰਦੇ ਆ,
ਤੇ ਜਿਹੜੇ ਪੁਆਇੰਟ ਵਾਲੇ ਨੇ ਅਸੀਂ ਇਹਨਾਂ ਨੂੰ ਮਲਟੀਪਲਾਈ ਕਿਵੇਂ ਕਰਨਾ ਹੈ। ਤਾਂ ਸਟੂਡੈਂਟ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਜਦੋਂ ਪੁਆਇੰਟ ਵਾਲੇ ਜਦੋਂ ਆ ਜਾਂਦੇ ਨੇ ਤੁਸੀਂ ਇਸ ਪੁਆਇੰਟ ਨੂੰ ਭੁੱਲ ਜਾਣਾ ਕਿ ਇਸ ਦੇ ਵਿੱਚ ਡਿਜਿਟ ਦੇ ਵਿੱਚ ਪੁਆਇੰਟ ਲੱਗਿਆ ਹੋਇਆ। ਤੁਸੀਂ ਸਿੰਪਲ ਰਫ ਦੇ ਵਿੱਚ 1 2 5 1 5 ਨੀਚੇ ਰੱਖਣਾ, ਇਸ ਨੂੰ ਮਲਟੀਪਲਾਈ ਕਰ ਦੇਣਾ। ਜਦੋਂ ਸਾਡੇ ਕੋਲ ਇੱਥੇ ਆਨਸਰ ਆ ਗਿਆ ਤਾਂ ਅਸੀਂ ਇੱਧਰ ਡਿਜਿਟ ਦੇ ਪੁਆਇੰਟ ਗਿਣਨੇ ਨੇ ਕਿ ਕਿੰਨੇ ਲਾਸਟ ਵਿੱਚੋਂ ਕਿੰਨੇ ਡਿਜਿਟ ਛੱਡ ਕੇ ਪੁਆਇੰਟ ਲੱਗਿਆ ਹੋਇਆ। ਦੇਖੋ 1 and 2 ਦੋ ਡਿਜਿਟ ਛੱਡ ਕੇ ਪੁਆਇੰਟ ਲੱਗਿਆ, ਐਂਡ ਇਸ ਨੂੰ ਵੀ ਅਸੀਂ ਮਲਟੀਪਲਾਈ ਕੀਤਾ ਸੀ ਇਸ ਦੇ ਨਾਲ, ਤਾਂ ਇਸ ਵਾਲਾ ਵੀ ਪੁਆਇੰਟ ਗਿਣਨਾ। ਦੇਖੋ ਇਸ ਬ੍ਰੈਕਟ ਦੇ ਵਿੱਚ ਦੋ ਡਿਜਿਟ ਛੱਡ ਕੇ ਪੁਆਇੰਟ ਹੈ, ਐਂਡ ਇਸ ਬ੍ਰੈਕਟ ਦੇ ਵਿੱਚ 1 ਡਿਜਿਟ ਛੱਡ ਕੇ ਪੁਆਇੰਟ। ਸੋ ਟੋਟਲ ਹੋ ਗਏ 3। ਸੋ ਆਨਸਰ ਦੇ ਵਿੱਚ ਅਸੀਂ 3 ਛੱਡ ਕੇ ਪੁਆਇੰਟ ਲਗਾ ਦੇਣਾ, 1 2 and 3। ਸੋ ਇੱਥੇ ਆਨਸਰ ਆ ਜਾਏਗਾ 1.875। ਸੋ ਇਸੇ ਤਰੀਕੇ ਨਾਲ ਤੁਸੀਂ ਨੈਕਸਟ ਕਰਨਾ 1 2 5 ਨੂੰ ਪਹਿਲਾਂ 65 ਨਾਲ ਮਲਟੀਪਲਾਈ ਕਰਨਾ, 1.8125, ਐਂਡ ਇਸੇ ਨੂੰ ਤੁਸੀਂ ਫਿਰ ਬਾਹਰ ਵਾਲਾ 2 ਜਿਹੜਾ ਇਸ ਨੂੰ ਭੁੱਲਣਾ ਨਹੀਂ, ਇਸ ਨੂੰ ਮਲਟੀਪਲਾਈ ਕਰਨਾ 8125 ਨੂੰ 2 ਦੇ ਨਾਲ, ਤਾਂ ਆਨਸਰ ਆ ਜਾਏਗਾ ਸਾਡੇ ਕੋਲ 16250। ਸੋ ਦੋਨੋਂ ਬ੍ਰੈਕਟ ਦੇ ਵਿੱਚ ਕਿੰਨੇ ਡਿਜਿਟ ਛੱਡ ਕੇ ਪੁਆਇੰਟ ਲੱਗਿਆ ਅਸੀਂ ਇਹਨਾਂ ਨੂੰ ਕਾਊਂਟ ਕਰ ਲੈਣਾ। ਦੇਖੋ ਇੱਧਰ 1 2 ਦੋ ਡਿਜਿਟ ਛੱਡ ਕੇ ਹੈ, ਔਰ ਇਸ ਬ੍ਰੈਕਟ ਵਿੱਚ ਵੀ ਦੋ ਡਿਜਿਟ ਛੱਡ ਕੇ ਹੈ, ਤੋ ਟੋਟਲ ਹੋ ਗਏ 4। ਸੋ 1 2 3 and 4 1.625, ਜਿਹੜੀ ਲਾਸਟ ਵਿੱਚ 0 ਹੁੰਦੀ ਹੈ ਇਸ ਨੂੰ ਤੁਸੀਂ ਲਿਖੋ ਜਾਂ ਨਾ ਲਿਖੋ ਇਸਦਾ ਕੋਈ ਵੈਲਿਊ ਨਹੀਂ ਹੁੰਦੀ, ਸੋ ਇਸ ਕਰਕੇ ਤੁਸੀਂ ਇਸ ਨੂੰ ਛੱਡ ਵੀ ਸਕਦੇ ਹੋ। ਸੋ ਲਾਸਟ ਵਿੱਚ ਅਸੀਂ ਮਲਟੀਪਲਾਈ ਕਰਨਾ ਹੈ 65 ਨੂੰ 15 ਦੇ ਨਾਲ। ਇਸ ਨੂੰ ਸੋਲਵ ਕਰੋਗੇ ਤੁਸੀਂ ਤਾਂ ਤੁਹਾਡੇ ਕੋਲ ਆਨਸਰ ਆਏਗਾ 975। ਇਸ ਨੂੰ ਤੁਸੀਂ 2 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆਏਗਾ 1950। ਸੋ ਅਸੀਂ ਪੁਆਇੰਟ ਕਿਣ ਲੈਣੇ ਆ, ਕਿੰਨੇ ਡਿਜਿਟ ਛੱਡ ਕੇ ਪੁਆਇੰਟ ਲੱਗੇ ਆ। ਇਸ ਬ੍ਰੈਕਟ ਦੇ ਵਿੱਚ 1 ਡਿਜਿਟ ਛੱਡ ਕੇ ਆ, ਇਸ ਬ੍ਰੈਕਟ ਦੇ ਵਿੱਚ 2 ਡਿਜਿਟ ਛੱਡ ਕੇ ਆ, ਟੋਟਲ ਹੋ ਗਏ ਸਾਡੇ ਕੋਲ 3 ਡਿਜਿਟ। ਸੋ 3 ਡਿਜਿਟ ਛੱਡ ਕੇ ਤੁਸੀਂ ਪੁਆਇੰਟ ਲਗਾ ਦੇਣਾ 1 2 and 3। ਲਾਸਟ ਵਾਰੀ 0 ਨੂੰ ਤੁਸੀਂ ਲਿਖੋ ਜਾਂ ਨਾ ਲਿਖੋ ਇਸਦਾ ਕੋਈ ਇਸ਼ੂ ਨਹੀਂ ਹੈ। ਸੋ ਇਹਨਾਂ ਤਿੰਨਾਂ ਵੈਲਿਊ ਤੁਸੀਂ ਪਲੱਸ ਕਰੋਗੇ। ਕਈ ਵਾਰ ਸਟੂਡੈਂਟ ਪੁਆਇੰਟ ਦੇ ਵਿੱਚ ਪਲੱਸ ਕਰਨਾ ਬੜਾ ਉਹਨਾਂ ਨੂੰ ਮੁਸ਼ਕਲ ਲੱਗਦਾ, ਤਾਂ ਤੁਸੀਂ ਬਿਲਕੁਲ ਦੇਖੋ ਈਜ਼ੀ ਤਰੀਕੇ ਨਾਲ ਯਾਦ ਰੱਖਣਾ ਕਿ ਤੁਸੀਂ ਪਹਿਲੀ ਵੈਲਿਊ ਲਿਖ ਲੈਣੀ ਹੈ, ਉਸ ਤੋਂ ਬਾਅਦ ਨੈਕਸਟ ਵੈਲਿਊ ਲਿਖਣ ਤੋਂ ਪਹਿਲਾਂ ਜਿਹੜਾ ਪੁਆਇੰਟ ਹੈ ਉਹ ਲਗਾ ਲੈਣਾ। ਤੋ ਪੁਆਇੰਟ ਤੋਂ ਲੈਫਟ ਸਾਈਡ ਕੀ ਲਿਖਿਆ ਹੈ 1, ਪੁਆਇੰਟ ਤੋਂ ਰਾਈਟ ਸਾਈਡ ਕੀ ਲਿਖਿਆ ਹੈ 625। ਫਿਰ ਨੈਕਸਟ ਇਸੇ ਤਰੀਕੇ ਨਾਲ ਪੁਆਇੰਟ ਲਗਾ ਲੈਣਾ, ਪੁਆਇੰਟ ਦੇ ਲੈਫਟ ਸਾਈਡ ਕੀ ਲਿਖਿਆ ਹੈ 1, ਪੁਆਇੰਟ ਦੇ ਰਾਈਟ ਸਾਈਡ ਕੀ ਲਿਖਿਆ ਹੈ 95। ਇਹ ਖਾਲੀ ਜਗ੍ਹਾ ਬਚ ਗਈ, ਇੱਥੇ ਤੁਸੀਂ 0 ਲਗਾ ਸਕਦੇ ਹੋ। ਇਸ ਨੂੰ ਤੁਸੀਂ ਪਲੱਸ ਕਰ ਦੋਗੇ, ਪਲੱਸ ਕਰਕੇ ਤੁਹਾਡੇ ਕੋਲ ਆਨਸਰ ਆਏਗਾ 5 4 and 5। ਸੋ ਇਹ ਲਾਸਟ ਵਾਲੀ 0 ਨੂੰ ਤੁਸੀਂ ਛੱਡ ਸਕਦੇ ਹੋ, ਤਾਂ ਆਨਸਰ ਆ ਗਿਆ ਸਾਡੇ ਕੋਲ 5.45 meter square। ਇਹ ਫਾਈਨਲ ਇਸ ਦਾ ਆਨਸਰ ਆ ਗਿਆ ਆਪਣੇ ਕੋਲ। ਸਾਡਾ ਫਸਟ ਪਾਰਟ ਕੰਪਲੀਟ ਹੋ ਗਿਆ। ਨੈਕਸਟ ਪਾਰਟ ਦੇ ਵਿੱਚ ਕੀ ਕਹਿ ਰਿਹਾ, ਦਾ ਕੋਸਟ ਆਫ ਸ਼ੀਟ ਫੋਰ ਇਟ ਇਫ ਅ ਸ਼ੀਟ ਮਈਅਰਿੰਗ 1 meter square ਕੋਸਟ ₹20। 1 meter square ਦੀ ਕੋਸਟ ਹੈ ₹20। ਅਸੀਂ ਕਿੰਨੇ ਮੀਟਰ ਸਕੇਅਰ ਦਾ ਨਿਕਾਲਣਾ ਹੈ, ਸਾਡੇ ਕੋਲ ਏਰੀਆ ਆਇਆ ਸੀਗਾ 5.45 meter square ਇਜ਼ੀਕਲ ਟੂ 5.45 meter ਮਲਟੀਪਲਾਈ 20 ਨਾਲ ਇਸ ਨੂੰ ਮਲਟੀਪਲਾਈ ਕਰ ਦੇਣਾ, ਤਾਂ ਸਾਡੇ ਕੋਲ ਆਨਸਰ ਆ ਜਾਏਗਾ 10900। ਸੋ ਇਸਦੇ ਵਿੱਚ ਅਸੀਂ ਦੇਖਣਾ ਹੈ ਕਿ ਕਿੰਨੇ ਡਿਜਿਟ ਛੱਡ ਕੇ ਪੁਆਇੰਟ ਲੱਗਿਆ ਹੈ, ਦੋ ਡਿਜਿਟ ਛੱਡ ਕੇ ਪੁਆਇੰਟ ਲਗਾ ਦੇਣਾ ਹੈ। 109 rupees ਆਨਸਰ ਬਣ ਗਿਆ ਸਾਡੇ ਕੋਲ। ਕਈ ਵਾਰ ਸਟੂਡੈਂਟ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਇਸ ਕੁਐਸਚਨ ਨੂੰ ਕਿਵੇਂ ਸੋਲਵ ਕਰ ਸਕਦੇ ਹਾਂ, ਤਾਂ ਇਸਦਾ ਸਿੰਪਲ ਤੁਸੀਂ ਗੱਲ ਯਾਦ ਰੱਖਣੀ ਹੈ। ਦੇਖੋ ਅਸੀਂ ਕਿਸੇ ਵੀ ਸ਼ੋਪ ਤੇ ਜਦੋਂ ਜਾਂਦੇ ਹਾਂ ਉੱਥੋਂ ਫਰਜ਼ ਕਰੋ ਅਸੀਂ ਪੈਨ ਲੈਣਾ, ਤਾਂ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲ ਜਿਹੜੇ 10 ਪੈਨ ਚਾਹੀਦੇ ਨੇ, ਤਾਂ ਤੁਸੀਂ ਇੱਕ ਪੈਨ ਦੀ ਕੋਸਟ ਪੁੱਛਦੇ ਹੋ ਕਿ ਇੱਕ ਪੈਨ ਕਿੰਨੇ ਦਾ। ਤਾਂ 1 pen ਅਗਰ ਤੁਸੀਂ ਲੈਂਦੇ ਹੋ ₹10 ਦਾ, ਤਾਂ ਤੁਹਾਨੂੰ ਚਾਹੀਦੇ ਨੇ ਫਰਜ਼ ਕਰੋ 10 pen, ਤਾਂ ਤੁਸੀਂ ਕੀ ਕਰਦੇ ਹੋ 10 ਨੂੰ 10 ਨਾਲ ਮਲਟੀਪਲਾਈ ਕਰਦੇ ਹੋ, ਤਾਂ ₹100 ਬਣ ਜਾਂਦੇ ਨੇ। ਸੋ ਇਸੇ ਤਰੀਕੇ ਦੇ ਨਾਲ ਇਸ ਕੁਐਸਚਨ ਵੀ ਤੁਸੀਂ ਇਸ ਤਰੀਕੇ ਨਾਲ ਹੀ ਸਮਝਣਾ ਹੈ ਕਿ 1 meter square ਦੀ ਜਿਹੜੀ ਕੋਸਟ ਹੈ ਉਹ ₹20 ਹੈ, ਔਰ 5.45 meter square ਦੀ ਜਿਹੜੀ
वैल्यू है वो किन्नी आएगी, किन्नी कॉस्ट आएगी शीट नू बनाउण दे लई। सो इसनों तुसी मल्टीप्लाई कर देना 20 दे नाल। तो सिंपल क्वेश्चन खत्म हो गया, मिलते हैं नेक्स्ट क्वेश्चन दे विच। थैंक यू वेरी मच।